ਜੇ ਇਹ ਹਾਲ ਇੱਦਾਂ ਹੋਣ ਲੱਗ ਪਿਆ ਲੋਕਾਂ ਦਾ ਜਿਹੜੇ ਕੰਪਲੇਂਟ ਕਰਦੇ, ਫਿਰ ਕਿਹੜਾ ਜ਼ਰੂਰਤ ਕਰੂੰਗਾ ਇਹ ਕੰਮ ਕਰਨ? ਨਜਾਇਜ਼ ਮਾਈਨਿੰਗ ਚੱਲਦੀ ਆ ਸਾਡੇ ਪਿੰਡ ਵਿੱਚ। ਕਈ ਵਾਰ ਅਸੀਂ ਅਧਿਕਾਰੀਆਂ ਨੂੰ ਦਰਖਾਸਤਾਂ ਦਿੱਤੀਆਂ, ਡੀ ਸੀ ਨੂੰ ਵੀ ਦਰਖਾਸਤਾਂ ਦਿੱਤੀਆਂ, ਪਰ ਉਹ ਮਾਈਨਿੰਗ ਨਹੀਂ ਸੀ ਹਟਦੀ। ਕਿਹੜਾ ਪਿੰਡ ਹੈ ਜੀ? ਪਿੰਡ ਅਵੀਪੁਰ। ਅੱਛਾ ਜੀ। ਫਿਰ ਅਸੀਂ ਇਸ ਦੇ ਖਿਲਾਫ ਅਸੀਂ ਸ਼ੁਰੂ ਕਰ ਦਿੱਤਾ, ਹਾਈ ਕੋਰਟ, ਸੁਪਰੀਮ ਕੋਰਟ, NGT ਕੇਸ ਪਾਇਆ। NGT ਕੇਸ ਪਾ ਕੇ ਇੱਥੇ ਪਾਰਟੀ ਆਈ ਵੀ ਸੀ, ਜਿਸ ਦੇ ਵਿੱਚ ਤਹਿਸੀਲਦਾਰ, SDM, DFO ਵੀ ਆਇਆ। ਅਸੀਂ ਉਹਨਾਂ ਨੂੰ ਇਨਕੁਆਇਰੀ ਕਰਾ ਰਹੇ ਸੀ। ਉਹਦੇ ਵਿੱਚ ਕੁਛ ਬੰਦੇ ਸਾਡੇ ਉਸ ਜਗ੍ਹਾ ਨੂੰ ਦਿਖਾਉਣ ਵਾਸਤੇ ਜਿੱਥੇ ਜਿੱਥੇ ਮੈਨਿੰਗ ਸੀ, ਰਾਮ ਸਿੰਘ ਉਹਨੂੰ ਚਲੇ ਗਿਆ ਦਿਖਾਉਣ ਵਾਸਤੇ। ਮੈਂ ਮੋਟਰਸਾਈਕਲ ਦੇ ਪਿਛਲੇ ਪਾਸੇ ਉਹਨਾਂ ਦੇ ਮਗਰ ਚੱਲਣ ਲੱਗਿਆ ਤਾਂ ਸਾਡੇ ਪਿੰਡ ਦੇ ਜਿਹੜੇ ਕ੍ਰੈਸ਼ਰ ਵਾਲੇ ਮਾਵੀ ਕ੍ਰੈਸ਼ਰ ਵਾਲਿਆਂ ਨੇ ਮੈਨੂੰ ਗੱਡੀ ਮੂਹਰੇ ਰੋਕ ਕੇ, ਚਾਰ ਬੰਦਿਆਂ ਨੇ, ਹਰਪ੍ਰੀਤ, ਬਲਕਾਰ ਸਿੰਘ, ਕੁਲਦੀਪ ਸਿੰਘ, ਨੰਨੂ, ਚਾਰਾਂ ਨੇ ਗੱਡੀ ਰੋਕ ਕੇ ਮੇਰੇ ਮੋਟਰਸਾਈਕਲ 'ਤੇ ਉਹਨਾਂ ਨੇ ਰਾੜ ਦੇ ਨਾਲ ਮੈਨੂੰ ਕੁੱਟਿਆ ਮਾਰਿਆ। ਮੇਰੇ ਸਿਰ ਵਿੱਚ ਵੀ ਟਾਂਕੇ ਲੱਗੇ ਅਤੇ ਇਹਦੇ ਵਿੱਚ ਹੱਥ ਵਿੱਚ ਵੀ। ਕੀ ਕਿਹਾ ਕੀ ਉਹਨਾਂ ਨੇ? ਉਹਨਾਂ ਨੇ ਰਾੜ 'ਤੇ ਡੰਡੇ ਮਾਰੇ ਆ ਮੇਰੇ ਮੂਹਰਲੇ ਪਾਸੇ। ਇੰਨੇ ਵਿੱਚ ਦੇਖ ਕੇ ਮੇਰਾ ਮੁੰਡਾ ਭੱਜ ਕੇ, ਜਦੋਂ ਉਹਨੂੰ ਪਤਾ ਲੱਗਿਆ, ਉਹ ਭੱਜ ਕੇ ਮੂਹਰੇ ਆਇਆ ਅਤੇ ਉਦੋਂ ਜਦੋਂ ਉਹ ਆਇਆ ਉਹ ਗੱਡੀ ਲੈ ਕੇ ਭੱਜ ਗਏ। ਸਿਰਫ ਮਾਮਲਾ ਹੈ ਵੀ ਮਾਈਨਿੰਗ 'ਤੇ ਨਜਾਇਜ਼ ਹੋਣ ਨਹੀਂ ਦੇਣਾ, ਵੀ ਕਿਉਂ ਮੂਹਰੇ ਦਰਖਾਸਤਾਂ ਦਿੰਦੇ ਜਾਂ ਹਾਈ ਕੋਰਟ, ਸੁਪਰੀਮ ਕੋਰਟ ਦੇ ਵਿੱਚ ਵੀ ਤੁਸੀਂ ਮੂਹਰੇ ਨਾ ਜਾਓ, ਸਿਰਫ ਇਹ ਗੱਲ ਹੈ। ਤੁਸੀਂ ਦਰਖਾਸਤ ਕਰਤਾ ਹੋ ਜੀ NGT 'ਚ, ਹੁਣ ਤੁਸੀਂ ਕੀ ਮੰਗ ਕਰੋਗੇ ਪੁਲਿਸ ਕੋਲੋਂ ਵੀ ਤੁਹਾਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ, ਜਾਂ ਤੁਸੀਂ ਕਿਹੋ ਜਿਹਾ ਮਾਮਲਾ ਉਠਾਓਗੇ ਅੱਗੇ? ਨਹੀਂ, ਹੁਣ ਇਨਸਾਫ ਜੇ ਉਹ ਬੰਦ ਹੋ ਜਾਵੇ, ਜਿਹੜੀ ਨਜਾਇਜ਼ ਮਾਈਨਿੰਗ ਚੱਲਦੀ ਹੈ ਉਹ ਬੰਦ ਹੋ ਜਾਵੇ। ਸਾਡਾ ਤਾਂ ਮਤਲਬ ਹੈ ਸਾਡੇ ਪਿੰਡ ਦੇ 32 ਕਿੱਲੇ ਗਊ ਚਰਾਂਦ ਦੇ ਬਿਲਕੁਲ ਬਰਬਾਦ ਕਰ ਦਿੱਤੇ। ਸਿਰਫ ਅਸੀਂ ਕਹਿੰਦੇ ਸੀ ਵੀ ਸਾਡੇ ਪਿੰਡ ਦੀ ਮਿੱਟੀ ਹੈ, ਇਹਨੂੰ ਇੱਦਾਂ ਬਰਬਾਦ ਨਾ ਕਰੋ, ਨਜਾਇਜ਼ ਮਾਈਨਿੰਗ ਨਾ ਕਰੋ। ਇਸ ਉਹਦੇ ਕਰਕੇ ਅਸੀਂ ਦਰਖਾਸਤ ਦਿੱਤੀ ਸੀ। ਦੇਖੋ, ਮੈਂ ਪੰਜਾਬ ਦੇ ਜਿਹੜੀ ਕਾਨੂੰਨ ਵਿਵਸਥਾ ਹੋਈ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿੱਦਾਂ ਇਹ ਮਾਈਨਿੰਗ ਦਾ ਮਾਮਲਾ ਚੱਕਿਆ ਜਾਂ ਹੋਰ ਕਈ ਜਗ੍ਹਾ 'ਤੇ ਬੱਚੇ ਜਿਹੜੇ ਨੌਜਵਾਨ ਹੈ ਨਸ਼ਾ ਕਰਕੇ ਮਾਰ ਰਿਹਾ, ਬਡਾਲੀ ਦੀ ਘਟਨਾ ਜੀ 2 ਦਿਨ ਪਹਿਲਾਂ, ਨੌਜਵਾਨ ਨੇ ਟੀਕਾ ਲਾ ਕੇ ਉਹਦੀ ਮੌਤ ਹੋ ਗਈ, ਉਸ ਤੋਂ ਪਹਿਲਾਂ ਬੱਚੀ ਹੈ ਉਹਦੇ ਨਾਲ ਇਹੋ ਜਿਹਾ ਹੋਇਆ, ਉੱਥੇ ਜਸਪਾਲ ਸਿੰਘ, ਕਿਹੋ ਜਿਹੀ ਕਾਨੂੰਨ ਵਿਵਸਥਾ ਤੁਸੀਂ? ਦੇਖੋ, ਜਿਹੜੀ ਪੰਜਾਬ ਦੀ ਜਿਸ ਵੇਲੇ ਸਥਿਤੀ ਆ, ਉਹਦੇ ਬਾਰੇ ਮੇਰੇ ਖਿਆਲ ਸ਼ਾਇਦ ਕੁਝ ਕਹਿਣ ਦੀ ਲੋੜ ਹੀ ਨਹੀਂ। ਜੇ ਤੁਸੀਂ ਅਖਬਾਰਾਂ ਰੋਜ਼ ਦੀਆਂ ਪੜ੍ਹ ਲਓ ਤਾਂ ਉੱਥੋਂ ਹੀ ਪਤਾ ਲੱਗਦਾ ਵੀ ਕਾਨੂੰਨ ਦੀ ਵਿਵਸਥਾ ਕੀ ਆ। ਆਹ ਕਿੰਨੇ ਦਿਨ ਹੋ ਗਏ ਆ ਫਰੀਦਕੋਟ ਦੇ ਵਿੱਚ ਧਰਨਾ ਲੱਗਾ ਵਾ, ਵੀ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਕੋਈ ਨੌਜਵਾਨ ਜਿਹੜਾ ਵਾ ਉਹਨੂੰ ਹਿਰਾਸਤ 'ਚ ਲਿਆ ਜਾਂਦਾ ਵਾ, ਉਹਨੂੰ ਮਾਰਤਾ ਜਾਂਦਾ ਅਤੇ ਫਿਰ ਉਹਦੀ ਬੋਡੀ ਜਿਹੜੀ ਆ ਡਿਸਪੋਜ਼ ਆਫ ਕਰਤੀ ਜਾਂਦੀ। ਕਰਦੇ ਵਿਚਾਰੇ ਕਈ ਦਿਨਾਂ ਤੋਂ ਇਨਸਾਫ ਮੰਗ ਰਹੇ ਆ ਔਰ ਹਾਲੇ ਤੱਕ ਇਨਸਾਫ ਉੱਥੇ ਨਹੀਂ ਮਿਲਿਆ। ਨਸ਼ਿਆਂ ਦੀ ਤੁਸੀਂ ਗੱਲ ਕੀਤੀ ਆ, ਤੁਸੀਂ ਪਤਾ ਹੀ ਆਪਣੇ ਬਿਲਕੁਲ ਕੁਰਾਲੀ ਦੇ ਨਾਲ ਹੀ ਜਿਹੜਾ ਪਿੰਡ ਬਡਾਲੀ ਉੱਥੇ ਕੀ ਹੋਇਆ, 25 ਸਾਲ ਦਾ ਬੰਦਾ ਜਿਹੜਾ ਵਾ, ਬੱਚਾ ਜਿਹੜਾ ਵਾ, ਉਹਦੀ ਜਾਨ ਚਲੀ ਗਈ। ਪਰ ਆਹ ਜਿਹੜਾ ਵਾਕਿਆ ਕੱਲ੍ਹ ਹੋਇਆ ਵਾ, ਜਿਹੜਾ ਅਭੈਪੁਰ ਦੇ ਵਿੱਚ ਭਾਗ ਸਿੰਘ 'ਤੇ ਜਿਹੜਾ ਹਮਲਾ ਹੋਇਆ ਵਾ, ਇਹ ਉਹ ਸ਼ਖਸ ਨੇ ਜਿਹੜੇ ਗੈਰ ਕਾਨੂੰਨੀ ਮਾਈਨਿੰਗ, ਜਿਹੜੇ ਇੱਥੇ ਕ੍ਰਸ਼ਰ ਕੰਮ ਕਰਦੇ ਆ, ਇੱਥੋਂ ਹੀ ਮਾਲ ਚੁੱਕ ਕੇ ਅਤੇ ਉਹ ਕ੍ਰਸ਼ਿੰਗ ਕਰਦੇ ਆ, ਉਹਦੇ ਖਿਲਾਫ਼ ਜਿਨ੍ਹਾਂ ਨੇ ਆਵਾਜ਼ ਚੁੱਕ ਕੇ ਹਾਈ ਕੋਰਟ ਗਏ, NGT ਕੋਲ ਗਏ, ਔਰ ਉਹਦੇ ਬਦਲੇ ਇਹਨਾਂ 'ਤੇ ਆ ਦੇਖੋ ਹਮਲਾ ਹੋਇਆ। ਅਤੇ ਕੀ ਇਹਦਾ ਮਤਲਬ ਹੈ ਵੀ ਇਹ ਲੋਕ ਜਿਹੜੇ ਸਾਰਾ ਕੰਮ ਗਲਤ ਕੰਮ, ਗੈਰ ਕਾਨੂੰਨੀ ਕੰਮ ਕਰਦੇ ਆ, ਉਹਨਾਂ ਨੂੰ ਡਰ ਹੀ ਕੋਈ ਨਹੀਂ ਗਾ, ਨਾ ਉਹਨਾਂ ਨੂੰ ਪੁਲਿਸ ਦਾ ਡਰ ਹੈ, ਨਾ ਉਹਨਾਂ ਨੂੰ ਸਰਕਾਰ ਦਾ ਡਰ ਹੈ, ਨਾ ਉਹਨਾਂ ਨੂੰ ਕਚਹਿਰੀਆਂ ਦਾ ਡਰ ਆ। ਸੋ ਅਸੀਂ ਕਿੱਧਰ ਨੂੰ ਪਹੁੰਚ ਰਹੇ ਹਾਂ? ਬਹੁਤ ਸੀਰੀਅਸ ਗੱਲ ਆ,
ਔਰ ਇਹ ਉਦਾਹਰਣ ਵਜੋਂ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਜਿਹੜੇ ਬੰਦੇ ਨੇ ਹਮਲਾ ਕੀਤਾ, ਵੀ ਦੁਬਾਰਾ ਕੋਈ ਜ਼ਰੂਰਤ ਨਾ ਕਰੇ ਅੱਜ। ਔਰ ਮੇਰੇ ਆਪਣੇ ਖਰੜ ਹਲਕੇ ਦੇ ਵਿੱਚ ਹੀ ਕੁਝ ਮਹੀਨੇ ਪਹਿਲਾਂ ਤੁਹਾਨੂੰ ਪਤਾ ਵਾ ਕਿ ਇੱਕ ਫੋਰੈਸਟ ਆਫਿਸਰ ਜਿਹੜਾ ਵਾ ਉਹਦੇ 'ਤੇ ਹਮਲਾ ਹੋਇਆ ਸੀਗਾ। ਸੋ ਜਿਹੜੇ ਬੰਦੇ ਆਵਾਜ਼ ਚੁੱਕਦੇ ਆ ਉਹਨਾਂ 'ਤੇ ਹਮਲੇ, ਸਰਕਾਰੀ ਅਫਸਰਾਂ 'ਤੇ ਹਮਲੇ, ਫਿਰ ਰਹਿ ਕੀ ਗਿਆ ਵਾ। ਸੋ ਇਹ ਬਹੁਤ ਮੇਰਾ ਖਿਆਲ ਆ ਸੀਰੀਅਸ ਗੱਲ ਆ, ਔਰ ਇਹਨੂੰ ਗੰਭੀਰਤਾ ਨਾਲ, ਜਿੰਨੀ ਇਹ ਗੰਭੀਰ ਗੱਲ ਆ ਉੰਨੀ ਗੰਭੀਰਤਾ ਨਾਲ ਸਰਕਾਰ ਨੂੰ ਇਹਨੂੰ ਲੈਣਾ ਚਾਹੀਦਾ। ਮੈਂ ਇਹਦੇ 'ਤੇ ਅੱਜ ਸਵੇਰੇ ਟਵੀਟ ਵੀ ਕੀਤਾ ਵਾ, ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਆ ਵੀ ਇਹਨਾਂ ਦੇ ਉੱਤੇ ਆਪਣੇ ਲੈਵਲ 'ਤੇ ਇੰਟਰਵੀਨ ਕਰਕੇ ਕਾਰਵਾਈ ਕਰੋ। ਸਰ ਕੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਪੰਜਾਬ ਵਿੱਚ ਫੇਲ ਹੋ ਚੁੱਕੀ ਹੈ, ਮੁੱਖ ਮੰਤਰੀ ਸਾਹਿਬ ਇਹਨੂੰ ਉਹ ਕਰਨ ਵਿੱਚ ਨਾਕਾਮ ਰਹੇ ਨੇ? ਦੇਖੋ ਮੁੱਖ ਮੰਤਰੀ ਜਿਹੜੇ ਆ ਉਹ ਹੋਮ ਮਿਨਿਸਟਰ ਆ, ਜੇ ਹੋਮ ਮਿਨਿਸਟਰ ਮੁੱਖ ਮੰਤਰੀ ਨੇ ਅਤੇ ਆਹ ਵਿਵਸਥਾ ਵਾ ਤਾਂ ਫਿਰ ਕੀ ਬਣਨਾ। ਔਰ ਆਹ ਜੇ ਖਰੜ ਜਿਹੜਾ ਬਿਲਕੁਲ ਚੰਡੀਗੜ੍ਹ ਤੋਂ 15 ਮਿੰਟ ਦੂਰ ਆ ਜਿੱਥੇ ਆ ਵਾਕਿਆ ਹੋਇਆ ਵਾ, ਇਹ ਬਿਲਕੁਲ ਜਿੱਥੇ ਮੁੱਖ ਮੰਤਰੀ ਦੀ ਆਪਣੀ ਕੋਠੀ ਬਣ ਰਹੀ ਆ ਉਹਦੇ ਤੋਂ ਕਰੀਬ 10 ਮਿੰਟ ਦੂਰ ਆ, ਉੱਥੇ ਹਾਲਤ ਹੋ ਰਹੀ ਆ। ਅਤੇ ਫਿਰ ਔਰ ਹੁਣ ਤੱਕ ਮੈਨੂੰ ਪਤਾ ਲੱਗਾ ਵੀ ਹਾਲ ਤੱਕ ਪੁਲਿਸ ਵਾਲਿਆਂ ਨੇ ਬਿਆਨ ਹੀ ਦਰਜ ਨਹੀਂ ਕੀਤੇ, ਇਹਦੇ ਨਾਲ ਹੋਰ ਸੀਰੀਅਸ ਗੱਲ ਕੀ ਹੋ ਸਕਦੀ ਹੈ? ਕੀ ਮਾਮਲਾ ਕੀ ਹੈ ਜੀ, ਕੀ ਕਿਵੇਂ ਹੋਈ ਲੜਾਈ ਜੀ ਇਹ? ਮੈਂ ਤਾਂ ਮੋਟਰ ਤੋਂ ਆ ਰਿਹਾ, ਪਿੱਛੇ ਤੋਂ ਵਾਰ ਕਰਤਾ ਇਹਨਾਂ ਨੇ। ਕਿਹਨੇ ਵਾਰ ਕਰਤਾ ਜੀ? ਇੱਥੇ ਪ੍ਰੀਤਮ ਸਿੰਘ ਦਾ, ਉਹਦਾ ਲੜਕਾ ਦਾ, ਭਾਗ ਸਿੰਘ ਦਾ। ਕੀ ਨਾਂ, ਕਾਹਦੇ ਪਿੱਛੇ ਹੋਈ ਲੜਾਈ, ਕੀ ਕਾਰਨ ਸੀ? ਵੋਟਾਂ ਦੀ ਰੰਜਿਸ਼ ਚੱਲਦੀ ਸੀ ਪੁਰਾਣੀ। ਅੱਛਾ ਜੀ, ਤੁਹਾਡਾ ਕੀ ਨਾਮ ਹੈ ਜੀ? ਕੁਲਦੀਪ ਸਿੰਘ।